ਕਿੱਟੋ ਕਿੱਦਾਂ ਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਹੋਵੋਗੇ ਠੀਕ ਅਤੇ ਅੱਜ ਦਾ ਜਿਹੜਾ ਮੇਰਾ ਫਸਟ ਟਰੈਕਿੰਗ ਵਲੋਗ ਆ ਜਿਹੜਾ ਅਤੇ ਮੈਂ ਸੀਗਾ ਸਵੇਰੇ ਅੱਜ ਟਰੰਗੇ ਤੋਂ ਹੈਮਿਲਟਨ ਯਾਨੀ ਕੈਂਬਰਿਜ ਆਇਆ ਸੀਗਾ ਹੁਣ ਟੈਰਾ ਤੋਂ ਲੋਡ ਚੱਕਿਆ ਆਪਾਂ ਅਤੇ ਹੁਣ ਲੋਡ ਡਿਆ ਹੁਣ ਮੈਂ ਵਾਪਸ ਜਾਣਾ ਟਰੰਗੇ ਅਤੇ ਆਪਣੇ ਕੋਲ ਲੋਡ ਹੈਗਾ ਇਸ ਟਾਈਮ ਅਰਾਊਂਡ 26 ਟਨ 26 ਟਨ ਅਤੇ 20 ਟਨ ਟਰੱਕ ਐਂਡ ਟ੍ਰੇਲਰ ਦਾ ਹੋਣਾ ਮੇਰੇ ਹਿਸਾਬ ਨਾਲ ਯਾਨੀ 45-46 ਟਨ ਦੇ ਅੜੀਗੇਟ ਆਪਣੇ ਕੋਲ ਗਰੋਸ ਆ ਅੱਜ ਅਤੇ ਹੁਣ ਚੱਲਦੇ ਹਾਂ ਆਪਾਂ ਟਰੰਗੇ ਵੱਲ ਨੂੰ ਵਾਪਸ ਅਤੇ ਤੁਹਾਨੂੰ ਵਿਖਾਉਂਦੇ ਹਾਂ ਰਾਹ 'ਚ ਮੈਂ ਬਸ ਮਾਊਂਟ ਕਰ ਦੂੰਗਾ ਇਹਨੂੰ ਉਹਦੇ 'ਤੇ ਸਕਰੀਨ 'ਤੇ ਵਿੰਡ ਸਕਰੀਨ 'ਤੇ ਅਤੇ ਆਪੇ ਰਿਕੋਰਡ ਹੋਈ ਜਾਊਗਾ ਅਤੇ ਹੁਣ ਮਿਲਦੇ ਹਾਂ ਤੁਹਾਨੂੰ ਅੱਗੇ ਜਾ ਕੇ ਜੋ ਜੋ ਵਧੀਆ ਸੀਨਰੀ ਆਊਗੀ ਵੇਖ ਕੇ ਚੱਲਿਓ ਬਾਈ ਜਿਹੜਾ ਆਪਣੇ ਕੋਲ ਟਰੱਕ ਆ ਬਾਈ ਜੀ ਇਹ ਹੈਗਾ ਆ ਮੈਨੂਅਲ 18 ਸਪੀਡ ਟੈਫ ਦਾ ਟਰੱਕ ਆ ਵੈਸੇ ਇਹਨਾਂ ਦੀ ਇੰਜਨ ਬ੍ਰੇਕਸ ਤਾਂ ਇੰਨੀ ਖਾਸ ਨਹੀਂ ਹੁੰਦੀ ਕੋਈ ਪਰ ਚਲੋ ਕੰਮ ਚਲਾਓ ਹੁੰਦਾ ਕੰਮ ਕਿਉਂਕਿ ਜਦੋਂ ਤੁਸੀਂ ਆਟੋ ਟਰੱਕ ਲੈਂਦੇ ਹੋ ਟੈਫ ਦਾ ਉਹਦੇ ਤੁਹਾਨੂੰ ਰਿਟਾਰਡਰ ਮਿਲ ਜਾਂਦੇ ਆ ਤਾਂ ਰਿਟਾਰਡਰ ਵਧੀਆ 3 ਸਟੇਜਸ ਹੁੰਦੀਆਂ ਮੇਰੇ ਹਿਸਾਬ ਨਾਲ ਕਿਉਂਕਿ ਮੈਂ ਆਟੋ ਤਾਂ ਕਦੇ ਚਲਾਇਆ ਨਹੀਂ ਗਾ ਟੈਫ ਦਾ ਟਰੱਕ ਬਟ ਉਹ ਇਹਦਾ ਮੈਨੂਅਲ ਤਾਂ ਵਧੀਆ ਹੁੰਦਾ ਪਰ ਇਹਦੀ ਮੈਨੂਅਲ ਦੀਆਂ ਇੰਜਨ ਬ੍ਰੇਕਾਂ ਇੰਨੀਆਂ ਖਾਸ ਨਹੀਂ ਗੀਆਂ ਯਾਨੀ ਕਿ ਤੁਹਾਨੂੰ ਜ਼ਿਆਦਾ ਛੋਟੇ ਗੇਅਰ 'ਚ ਆਉਣਾ ਪੈਂਦਾ ਤਾਂ ਜਾ ਕੇ ਕਿਤੇ ਹਿਲਸ 'ਤੇ ਰੁਕਦਾ ਆ ਆਪਾਂ ਸਿੱਧਾ ਮਰਜ ਹੋ ਜਾਣਾ ਮੇਨ ਹਾਈਵੇ ਤੇ ਟਰੰਗੇ ਇੱਥੋਂ ਹੈਗਾ ਬਾਈ 85 ਕਿਲੋਮੀਟਰ ਯਾਨੀ ਕਿ ਉਹੀ 1.25 ਘੰਟਾ ਲੱਗਣਾ ਜਾਣ ਨੂੰ ਅਤੇ 1.25 ਘੰਟੇ ਦੀ ਤਾਂ ਮੈਂ ਵੀਡੀਓ ਨਹੀਂ ਬਣਾ ਸਕਦਾ ਮੈਂ ਤੁਹਾਨੂੰ ਰਾਹ 'ਚ ਜੋ ਜੋ ਆਈ ਜਾਊਗਾ ਵਿਖਾਈ ਜਾਊਗਾ ਜਾਂਦਾ ਵੈਸਟਰਨ ਸਟਾਰ ਕੇ ਐਂਡ ਐਸ ਵਾਲਿਆਂ ਦਾ ਇਹ ਬਈ ਕੁਆਡ ਆ ਜਾਂ ਸੈਮੀ ਟਾਈਪ ਹੁੰਦਾ ਪਰ ਸੈਮੀ ਤੋਂ ਇਹ ਲੰਮਾ ਹੁੰਦਾ ਨਾ ਜਾਂ 4 ਐਕਸਲ ਹੁੰਦੇ ਆ ਇਹਦੇ ਪਿੱਛੇ ਜ਼ਿਆਦਾ ਵੀ ਹੋਵੇ
ਟਰੱਕ ਜਮਾ ਹੀ ਮਰ ਜਾਂਦੇ ਆ ਜਿਹੜੇ ਲੋਡ ਹੁੰਦੇ ਆ। ਦਸਾਂ ਟਰੱਕ ਆਏ ਇਹ ਸ਼ੁਰੂ 'ਚ ਤਾਂ ਕਲਾਈਮ ਕਰੀ ਜਾਊਗਾ, ਉਸ ਤੋਂ ਬਾਅਦ ਇਹ ਪੰਜਵੇਂ 'ਚ ਆ ਜਾਣਾ ਅਤੇ ਇੱਕ ਥਾਂ 'ਤੇ ਜਾ ਕੇ ਇਹਨੇ ਚੌਥੇ 'ਚ ਆ ਜਾਣਾ ਜਮੀ, ਕਿਉਂਕਿ ਲੋਡਡ ਹੁੰਦਾ ਆ, ਜ਼ੋਰ ਜ਼ਿਆਦਾ ਲੱਗਦਾ ਇਹਦਾ। ਜਿਹੜੇ ਅਮੈਰੀਕਨ ਟਰੱਕ ਆ ਜਿੱਦਾਂ ਕੈਨਵਰਥ ਹੋ ਗਿਆ, ਵੈਸਟਰਨ ਸਟਾਰ ਵਾਲੇ, ਇਹ ਥੋੜ੍ਹਾ ਤੇਜ਼ ਚੜ੍ਹ ਜਾਂਦੇ ਆ ਉੱਥੇ, ਕਿਉਂਕਿ ਉਹਨਾਂ ਦੀ ਹੋਰਸ ਪਾਵਰ ਤਾਂ ਜ਼ਿਆਦਾ ਹੁੰਦੀ ਆ, ਨਾਲੇ ਉਹਨਾਂ ਦੀ ਟੋਰਕ ਵੀ ਜ਼ਿਆਦਾ ਹੁੰਦੀ ਆ, ਇਹ ਫਰਕ ਪੈਂਦਾ ਆ। ਨਿਕਲ ਜਾਣਾ ਅੱਗੇ, ਕਿਉਂਕਿ ਇਹਦਾ ਟਰੱਕ ਵੱਡਾ ਆ ਅਤੇ ਇਹਨੇ ਤਾਂ ਦੇਰ ਨਹੀਂ ਲਾਉਣੀ। ਲਓ ਜੀ ਸਾਨੂੰ ਮਿਲ ਗਈ ਆ ਥਾਂ ਜਾਣ ਦੀ, ਚਲੋ ਫਿਰ ਚੱਲ ਚੱਲੀਏ। ਪੂਰਾ ਵਧਾ ਕੇ ਮੋੜੋ ਇਹਨੂੰ ਅਤੇ ਥੋੜ੍ਹੀ ਦੇਰ ਸਾਈਡ 'ਚ ਕਰ ਲਓ, ਜੇ ਕਿਸੇ ਨੇ ਅੱਗੇ ਨਿਕਲਣਾ ਹੋਇਆ, ਮੰਨ ਲਓ ਇੰਨਾ ਤੁਸੀਂ ਸਪੀਡ ਫੜੋਗੇ, ਇੰਨਾ ਜੇ ਕਿਸੇ ਨੇ ਅੱਗੇ ਨਿਕਲਣਾ ਹੋਇਆ ਅੱਗੇ ਨਿਕਲ ਜਾਣਾ। ਕਾਰ ਵਾਲਾ ਬਾਈ ਲੰਘਿਆ ਆਪਣੇ, ਬਸ ਹੁਣ ਆਪਾਂ ਇੱਥੋਂ ਫੜਨੀ ਸਪੀਡ। ਥੋੜ੍ਹੀ ਦੂਰ ਤੱਕ ਤਾਂ ਜਾਊਗਾ ਤੇਜ਼ ਟਰੱਕ, ਉਸ ਤੋਂ ਬਾਅਦ ਬਹੁਤ ਜ਼ਿਆਦਾ ਹੌਲੇ ਹੋ ਜਾਣਾ, ਕਿਉਂਕਿ ਉੱਥੋਂ ਅੱਗੇ ਹੀਲ ਪੈਣ ਲੱਗ ਜਾਣੀ ਆ, ਅਤੇ ਜਿੱਥੇ ਤੱਕ ਭਜਾਇਆ ਜਾਂਦਾ ਬਸ ਭਜਾ ਲਓ ਇਹਨੂੰ ਜਿੰਨੀ ਸਪੀਡ 'ਤੇ ਜਾ ਸਕਦੇ ਹੋ। ਅਮੈਰੀਕਨ ਟਰੱਕ ਆ ਉਹ ਤਾਂ ਬਹੁਤ ਤੇਜ਼ ਚੜ੍ਹਦੇ ਇੱਥੋਂ, ਜਾਂ ਫਿਰ ਜਿਹੜੇ ਵੱਡੇ ਟਰੱਕ ਆ ਯਾਨੀ ਕਿ ਬਹੁਤ ਸਕਾਨੀਆਂ, ਇਹ ਵੀ ਬਹੁਤ ਤੇਜ਼ ਚੜ੍ਹਦੇ ਆ, ਉਹਨਾਂ ਦੀ ਪਾਵਰ ਜ਼ਿਆਦਾ ਆ, ਕਿਉਂਕਿ ਸਕਾਨੀਆਂ ਤਾਂ ਹੁਣ ਮੇਰੇ ਹਿਸਾਬ ਨਾਲ 650 ਹੋਰਸ ਪਾਵਰ 'ਚ ਵੀ ਆਉਂਦਾ ਅਤੇ ਵੋਲਵੋ 750 'ਚ ਵੀ ਆਉਂਦਾ, ਉਹਨਾਂ ਦੀ ਵਧੀਆ ਹੋਰਸ ਪਾਵਰ, ਇੰਜਨ ਵੱਡੇ ਆ, ਪਰਵਾਹ ਨਹੀਂ ਕਰਦੇ ਇੰਨੀ। ਬਸ ਇਹ ਇੱਥੋਂ ਸਟਾਰਟ ਹੋ ਜਾਂਦੀ ਆ ਹਿੱਲ, ਦੋ ਲਾਈਨਾਂ ਸਟਾਰਟ ਹੋ ਜਾਂਦੀਆਂ, ਇੱਕ ਪਾਸਿੰਗ ਲੇਨ ਆ ਇੱਕ ਸਾਈਡ 'ਚ, ਜਿਹੜੇ ਹੌਲੇ ਹੁੰਦੇ ਆ ਟਰੱਕ ਵਿਚਾਰੇ ਉਹ ਲੈਫਟ 'ਚ ਜਾਈ ਜਾਂਦੇ ਆ, ਜਿਨ੍ਹਾਂ ਨੇ ਕਾਰਾਂ ਕੁਰਾਂ ਵਾਲੇ ਉਹ ਪਾਸ ਕਰੀ ਜਾਂਦੇ ਆ। ਚੱਲ ਮੇਰਾ ਵੀਰ ਇੱਥੋਂ ਤਾਂ ਮੈਨੂੰ ਵੀ ਸਲੋ ਕਰੂੰਗਾ, ਇਸ ਤੋਂ ਅੱਗੇ ਕੱਢ ਲਈਏ ਪਹਿਲਾਂ, ਕਿਉਂਕਿ ਇਹ ਮੇਰਾ ਫਿਰ ਜ਼ਿਆਦਾ ਹੀ ਖੁੱਲ੍ਹ ਜਾਂਦਾ ਆ, ਪਰ ਜੀਪ ਦਾ ਸਪੀਡ ਫੜੀ ਜਾਵੇ। ਚੱਲ 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 ਚੱਲ
ਪੁਰਾਣੇ ਆ ਉਹ ਤਾਂ ਬਹੁਤ ਸਪੀਡ ਨਾਲ ਲਾ ਦਿੰਦੇ ਥੱਲੇ ਬਟ ਮੈਂ ਜਿੱਦਾਂ ਬਹੁਤ ਹੌਲੇ ਲਾਉਣਾ ਆ ਮੇਰੀ 30-35 ਦੀ ਸਪੀਡ ਹੁੰਦੀ ਆ ਥੱਲੇ ਆਉਣ ਵੇਲੇ ਮੈਕਸੀਮਮ ਕੰਟਰੋਲ 'ਚ ਰਹਿੰਦਾ ਹੈ ਟਰੱਕ ਜਿੱਦਾਂ ਹੁਣ ਮੇਰੇ ਵਾਲਾ ਜਿਹੜਾ ਯੂਨਿਟ ਆ ਟਰੈਕ ਐਂਡ ਟ੍ਰੇਲਰ ਇਹਦੀ ਇਹਨੂੰ
58 ਟਨਸ ਪਾਸ ਆ ਤੇ ਕਿਸੇ ਕਿਸੇ ਟਰੱਕ ਟ੍ਰੇਲਰ 58 ਹੁੰਦੀ ਆ ਇੱਕ ਅੱਧੇ ਦਾ ਮੇਰੇ ਸਾਹਮਣੇ 60 ਟਨ ਵੀ ਹੁੰਦਾ ਇੱਕ ਮੇਰਾ ਯਾਰ ਮਿੱਤਰ ਆ ਉਹ ਚਲਾਉਂਦਾ ਹੁੰਦਾ ਸੀ ਉਹਨਾਂ ਨੇ ਸਪੈਸ਼ਲ ਪਰਮਿਟ ਲਿਆ ਹੋਇਆ ਸੀਗਾ 60 ਟਨ ਦਾ ਬਟ ਵੈਸੇ ਮੇਰੇ ਸਾਹਮਣੇ 58 ਹੁੰਦਾ ਨੋਰਮਲ 54 ਹੁੰਦਾ 50 ਟਨ ਹੁੰਦਾ ਆਪਣੇ ਵਾਲਾ ਜਿਹੜਾ 58 ਟਨ ਰਿਹਾ ਆਪਾਂ ਆ ਗਏ ਆ ਬਈ ਆਲਮੋਸਟ ਕਾਈ ਮਾਈ ਦੇ ਟੋਪ ਤੇ ਤੇ ਇੱਥੋਂ ਹੁਣ ਅੱਗੇ ਜਾ ਕੇ ਡਾਊਨ ਹਿਲ ਸਟਾਰਟ ਹੋ ਜਾਣੀ ਆ ਅੱਧਾ ਗੇਅਰ ਉੱਤੇ ਕਰ ਲਈ ਹੁਣ ਇਹ ਬਾਈਕ ਵੀ ਬਹੁਤ ਹੋਰੇ ਜਾਂਦਾ ਅਗਲਾ ਇਹ ਮੇਰੇ ਹਿਸਾਬ ਨਾਲ ਇਹਨਾਂ ਨੇ ਵੈਸੇ ਡਬਲ ਲੇਨ ਆ ਉੱਤੇ ਤੱਕ ਇਹਨਾਂ ਨੇ ਬੰਦ ਕੀਤੀ ਆ ਜਾਂ ਤਾਂ ਰਿਪੇਅਰ ਰਿਪੇਅਰ ਕਰਦੇ ਹੋਣੇ ਮੇਰੇ ਹਿਸਾਬ ਨਾਲ ਹੋ
ਇੰਜਨ ਬ੍ਰੇਕ ਵਧੀਆ ਲੱਗਦੀ ਆ ਤੇ ਟਰੱਕ ਕੰਟਰੋਲ ਚ ਰਹਿੰਦਾ ਵਧੀਆ ਫਿਰ जी भाई जी हूँ बी जी पहुँच गए अपना कोर्ट से जिथे आप डिलीवर करना स्टफ तो बहर करना कंपनी से कंपनी में दिखा नहीं सकता कितने हैं बट इतें हूँ अनलोड हो जाना है अंदर जाके अजय उन्होंने वेट करने सील्स लगे हैं बहर उन्होंने पहले सील्स चैक करनी है भी एवरीथिंग ऑल राइट आ उन्होंने सी अपने पेपर वर्क में सील्स का नंबर मैच करके सील्स तोड़ देनी है तो आप फिर आप अपने कर्टन खोल देने दिखो ना थोनू ये इदा दिया सील्स लगी होंगे इन्हों खोल के इन्होंने फिर उस तो बाद करना पिछे यानी कि छे सीलां है वैसे चार लगदिया आ तो अपने छे लगदी क्योंकि अपना कर्टन अगे तो ही खुलता पिछे तो नहीं खुलता फिर जिते जिते खुलन की थान होंगी उतो उत्तों लगता है हूँ भाई जी करते हैं वीडियो एंड इत क्योंकि इस तो बाद पता नहीं मैं कितने जाना क्योंकि मेरा एक लोड मेरा कैंसल हो गया है उत्थे मैं सवेरे जाना है कैम्ब्रिज ही सीगा वो भी बट वो कैंसल हो गया जी सम रीजन करके तो फिर एक लोड किया अगे मैं पता नहीं हूँ डिस्पैच ने मैं कितने भेजना है तो थैंक यू वेरी मच तो मिलते हैं नैक्सट वीडियो जो वीडियो वधिया लगी तो लाइक जरूर कर दियो चैनल कर लो सबसक्राइब मिलते हैं नैक्सट वीडियो थैंक यू बाय बाय।